ਪਸ਼ੂ ਪਾਲਣ ਵਿਭਾਗ ਫਤਿਹਗੜ੍ਹ ਸਾਹਿਬ ਵਿੱਚ ਅੱਜ ਡਾਕਟਰ ਸੁਰਜੀਤ ਸਿੰਘ ਮੱਕੜ ਨੇ ਬਤੌਰ ਡਿਪਟੀ ਡਾਇਰੈਕਟਰ ਦਾ ਅਹੁਦਾ ਸੰਭਾਲ ਲਿਆ। ਉਹ ਇਸ ਤੋਂ ਪਹਿਲਾਂ ਪਟਿਆਲਾ ਤੈਨਾਤ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਉਹਨਾਂ ਕਿਹਾ ਕਿ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਵਿਭਾਗ ਦੀਆਂ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕੀਤਾ ਜਾਵੇਗਾ। ਅਸੀਂ ਬਿਲੀਵ ਕਰਦੇ ਹਾਂ, ਅਸੀਂ ਲੋਕਾਂ ਨੂੰ ਮੋਟੀਵੇਟ ਕਰਦੇ ਹਾਂ, ਜਿਹੜੇ ਸਾਡੇ ਫਾਰਮਰ ਹੈਗੇ ਨੇ ਅਸੀਂ ਮੋਟੀਵੇਟ ਕਰਾਂਗੇ। ਮੋਟੀਵੇਟ ਕਰਨ ਦਾ ਮਤਲਬ ਹੈਗਾ ਕਿ ਅਸੀਂ ਜਿਸ ਤਰ੍ਹਾਂ ਉਹਨਾਂ ਨੂੰ ਮਤਲਬ ਵੀ ਅਸੀਂ ਅੱਛੀ ਤਰ੍ਹਾਂ ਦੱਸਾਂਗੇ ਵੀ ਤੁਸੀਂ ਆਪਣੀ ਪਸ਼ੂਆਂ ਦੀ ਬਰੀਡਿੰਗ ਕਿਵੇਂ ਕਰਨੀ ਹੈਗੀ ਆ, ਉਹਨਾਂ ਦੀ ਨਸਲ ਕਿਵੇਂ ਸੁਧਾਰ ਕਰਨੀ ਆ, ਜਿੰਨਾ ਚਿਰ ਆਪਣੇ ਜਿਹੜੇ ਸਾਡੇ ਕਿਸਾਨ ਹੈਗੇ ਨੇ, ਜਿੰਨਾ ਚਿਰ ਉਹ ਆਪਣੇ ਜਿਹੜੇ ਦੁਧਾਰੂ ਪਸ਼ੂ ਹੈਗੇ ਆ ਉਹਨਾਂ ਦੀ ਨਸਲ ਨਹੀਂ ਸੁਧਾਰਦੇ ਹੈਗੇ, ਦੁੱਧ ਦੀ ਪੈਦਾਵਾਰ ਵੱਧ ਹੀ ਨਹੀਂ ਸਕਦੀ ਹੈਗੀ। ਅਤੇ ਅਸੀਂ ਉਹਨਾਂ ਨੂੰ ਮੋਟੀਵੇਟ ਕਰਕੇ ਟ੍ਰੇਨਿੰਗਸ ਅਲੱਗ ਅਲੱਗ, ਅਸੀਂ ਪਹਿਲਾਂ ਮੈਂ ਟ੍ਰੇਨਿੰਗ ਸੈਂਟਰ ਦੇ ਵਿੱਚ ਰਹੇਗਾ ਅਤੇ ਅਸੀਂ ਉਹਨਾਂ ਨੂੰ ਅਲੱਗ ਅਲੱਗ ਟ੍ਰੇਨਿੰਗਸ ਦਿਆਂਗੇ ਵੀ ਤੁਸੀਂ ਆਪਣੇ ਪਸ਼ੂਆਂ ਨੂੰ ਕੀ ਪਾਉਣਾ ਹੈ। ਸਾਡਾ ਵਿਭਾਗ ਜਿਹੜਾ ਹੈਗਾ ਉਹ ਚਾਚਾ ਪ੍ਰੋਵਾਈਡ ਹੈਗਾ ਮੈਨੇਜਮੈਂਟ, ਜਿਹੜੀ ਕਿ ਪਸ਼ੂਆਂ ਦੀ ਉਹਨਾਂ ਨੂੰ ਰੱਖ ਰਖਾਵ ਦਾ, ਫਿਰ ਹੈਗਾ ਦੂਜਾ ਨਿਊਟ੍ਰੀਸ਼ਨ, ਉਹਨਾਂ ਨੂੰ ਅਸੀਂ ਚਾਰਾ ਬਣਾਏਗਾ ਵਧੀਆ ਦਿਆਂਗੇ ਤਾਂ ਉਹਦੀ ਜਿਹੜੀ ਪ੍ਰੋਡਕਸ਼ਨ ਹੈਗੀ ਹੈ ਦੁੱਧ ਦੀ ਬਹੁਤ ਵਧੀਆ ਹੋਵੇਗੀ। ਉਹ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜਾ ਕਿਸਾਨ ਅਤੇ ਵੀ ਅਸੀਂ ਬਹੁਤ ਮਹਿੰਗਾ ਚਾਰਾ ਨਾ ਲਿਖੀਏ, ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹਨੂੰ ਅਸੀਂ ਸਸਤੇ ਤੋਂ ਸਸਤਾ ਅਤੇ ਵਧੀਆ ਤੋਂ ਵਧੀਆ ਚਾਰਾ ਇਸ ਤਰ੍ਹਾਂ ਉਹਨੂੰ ਬਣਾ ਕੇ ਦੇਈਏ ਵੀ ਇਹ ਕੰਸਟਰੇਟ ਪਾਵੇ ਤਾਂ ਤੁਸੀਂ ਅਗਰ ਤੁਹਾਡੀ ਜਿਹੜੀ ਗਾਂ ਜਾਂ ਮੱਝ 20 ਕਿਲੋ ਦੁੱਧ ਦਿੰਦੀ ਹੈ ਜਾਂ 15 ਕਿਲੋ ਦੁੱਧ ਦਿੰਦੀ ਆ, ਉਹਦੇ ਵਾਸਤੇ ਅਸੀਂ ਪਰਟੀਕੁਲਰ ਉਹਨੂੰ ਖੁਰਾਕ ਦਾ ਚਾਹ ਬਣਾ ਕੇ ਦਿੰਦੇ ਹੈਗੇ ਆ। ਉਹ ਵੀ ਸਾਡੇ ਜਿਹੜੇ ਡਾਕਟਰ ਸਾਹਿਬ ਨੇ ਸਾਡੇ ਬੈਟਰੀ ਆਫਿਸਰ ਗਏ ਹੋਏ ਹੋਟਲ ਦੇ ਵਿੱਚ, ਉਹ ਸਾਰੇ ਕਿਸਾਨਾਂ ਨੂੰ ਮੋਟੀਵੇਟ ਕਰਦੇ ਨੇ ਕਿ ਤੁਸੀਂ ਅੱਛੀ ਤਰ੍ਹਾਂ ਜਿਹੜਾ ਇਹ ਹੈਗਾ ਮਤਲਬ ਵੀ ਜਿਹੜਾ ਚਾਰਾ ਪਾਉਣਾ ਹੈਗਾ ਅੱਛੀ ਤਰ੍ਹਾਂ ਪਾਉਣਾ ਹੈਗਾ। ਫਿਰ ਸਾਡੀ ਹੈਗੀ ਜਿਸ ਡਿਪੈਂਡ ਕਰਦਾ ਹੈਗਾ ਉਹ ਹੈਲਥ ਸਰਵਿਸਿਸ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।